तरनतारण के नज़दीक पैंदे पिंड नूरदी विखे साबका फौजी वालों एक आदमी नूं गोली मार के मार देने की खबर मिली है। प्राप्त जानकारी अनुसार मृतक सुखचैन सिंह की उम्र करीब 26 साल की सी, जो कि पिंड विच ही मेडिकल स्टोर का काम करता सी। इस मौके ते मृतक के पिता अते होर ना रिश्तेदारां ने बोलदियां दस्सिया कि जी दा घर सी नुक्कड़ दे गोलीबारी ਇਹ ਕਦੇ ਬਾਹਰ ਫੌਜੀ ਅਤੇ ਫੌਜੀ ਦਾ ਭਰਾ ਅਤੇ ਉਹਦੀ ਕੁੜੀ ਦੋ ਕੁੜੀਆਂ ਸੀ ਉਹਦੀਆਂ ਅਤੇ ਨਾਲ ਨਿਕ ਟੀਟੂ ਸੀਗਾ ਨਾਲ ਉਹਦੇ ਘਰ ਦੀ ਸੀਗੀ ਮਤਲਬ ਸਾਰਾ ਪਰਿਵਾਰ ਹੀ ਉਹਨਾਂ ਨੇ ਇਹਨੂੰ ਘੇਰ ਲਿਆ ਅਤੇ ਆਪ ਉਸ ਕੋਠੇ 'ਤੇ ਚੜ ਕੇ ਗੋਲੀਆਂ ਲੈ ਪਿਆ ਅਤੇ ਮੌਕੇ 'ਤੇ ਸਮਝਾਉਣ ਨਹੀਂ ਗਿਆ ਮੈਂ ਤਾਂ ਵੈਸੇ ਗਿਆ ਇਹ ਤਾਂ ਉੱਥੇ ਲਾਗੇ ਗੁਰਦੁਆਰੇ ਹੀ ਗੁਰਦੁਆਰੇ ਜਿਹਦਾ ਝਗੜਾ ਹੋਇਆ ਪਹਿਲਾਂ ਕੱਲ੍ਹ ਰਾਜੀਨਾਮਾ ਹੋਇਆ ਵਾ ਮੁੰਡੇ ਦੇ ਮੈਂ ਨਜਾਇਜ਼ ਐਲੀਗੇਸ਼ਨ ਲਾਈ ਜਾਂਦਾ ਸੀ ਡਾਕਟਰ ਅੱਜ ਸੁਣ ਦੇ ਉਹਦੇ ਬੜੇ ਦਿਨਾਂ ਬਾਅਦ ਇਹਦਾ ਰਾਜੀਨਾਮਾ ਕਰਾਇਆ ਉਹਦੇ ਜਦੋਂ ਜਿਹਨੂੰ ਬੰਦਾ ਇਹਦੇ ਉੱਤੇ ਜਿਹੜਾ ਬੰਦਾ ਬੋਲ ਵੀ ਜਾ ਉਹਦੇ ਲਈ ਤਵੇ ਲਾਉਣੇ ਸ਼ੁਰੂ ਕਰ ਦਿੱਤਾ ਆਪਣੀ ਬੇਟੇ ਦੀ ਸਾਈਕ ਜਸਬੀਰ ਸਿੰਘ ਫੌਜੀ ਦੇ ਸਾਰਾ ਪਰਿਵਾਰ ਹੀ ਆ ਸਾਰਾ ਪਰਿਵਾਰ ਨੇ ਘੇਰਿਆ ਸਾਰਾ ਗੁਰਦੁਆਰੇ ਦੀ ਨੁਕਟੇ ਨੂੰ ਘੇਰ ਲਿਆ ਸਾਰੇ ਪਰਿਵਾਰ ਨੇ ਮਾਂ ਕੀ ਪਰਚਾ ਦੇ ਬੱਚੇ ਦੀ ਜਾਨ ਬਚਦੀ ਨੀ ਪਿੰਡ ਦਾ ਮੌਜੂਦਾ ਸਰਪੰਚ ਸਰਦਾਰਕਰਵੀਰ ਸਿੰਘ ਉਹਨਾਂ ਨੇ ਦੱਸਿਆ ਜੀ ਕਿ ਉਹ ਬੰਦਾ ਇਹਨਾਂ ਨੂੰ ਗੋਲੀ ਮਾਰਨ ਵਾਲਾ ਵਾ ਜਸਬੀਰ ਸਿੰਘ ਫੌਜੀ ਉਹ ਗਲਤ ਅਨਸਰ ਗਲਤ ਵੀਡੀਓ ਪਾਉਂਦਾ ਸਨ ਜਦਕਿ ਇਹ ਲੜਕਾ ਉਹਨੂੰ ਸਮਝਾਉਣ ਗਿਆ ਵੀ ਫੌਜੀ ਸਾਹਿਬ ਗਲਤ ਵੀਡੀਓ ਨਹੀਂ ਪਾਈ ਦੀਆਂ ਪਰ ਇਹ ਆਪਾਂ ਧੀਆਂ ਭੈਣਾਂ ਜਦਕਿ ਉਹ ਇਨਸਾਨ ਨੇ ਕੋਠੇ 'ਤੇ ਚੜ ਕੇ ਪਹਿਲੀ ਗੋਲੀ ਮਾਰੀ ਆ ਇਹ ਕੰਧ ਨਾਲ ਸਾਈਡ 'ਤੇ ਹੋ ਗਿਆ ਛਰੇ ਵੱਜੇ ਦੇ ਦੂਸਰੀ ਗੋਲੀ ਫਿਰ ਮਾਰੀ ਆ ਦੂਸਰੀ ਦੇ ਦਿਲ 'ਤੇ ਲੱਗੀ ਆ ਜਿਸ ਕਾਰਨ ਇਹਦੀ ਮੌਕੇ 'ਤੇ ਮੌਤ ਹੋ ਗਈ ਪਿੰਡ ਨੂਰ ਦੀ ਆ ਜੀ ਸੁਖਚੈਨ ਸਿੰਘ ਸਾਨੂੰ ਪ੍ਰੀਤਮ ਸਿੰਘ ਪਰਮਜੀਤ ਸਿੰਘ ਸੋਰੀ ਹਾਂਜੀ ਮੈਂ ਦੋਸ਼ੀ 'ਤੇ ਵੱਧ ਤੋਂ ਵੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਜੋ ਇਹ ਬਹੁਤ ਹੀ ਇੱਕ ਅਗਲ ਇਕੱਲਾ ਇਕੱਲਾ ਬੇਟਾ ਹੈ ਡਾਕਟਰ ਸਾਹਿਬ ਦਾ ਕਿੰਨੀ ਉਮਰ ਉਹਨੂੰ ਤਕਰੀਬਨ 25-26 ਸਾਲ ਤਕਰੀਬਨ इस घटना की सूचना मिलते सारी सब इंस्पैक्टर मनमोहन सिंह वालों घटना वाली जगह ते पहुंच के मृतक दे परिवारक मेंबरां दे बयानां दे आधार ते परचा दर्ज करके अगलेरी कार्रवाई शुरू कर दी है। ਸੁਖਚੈਨ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਨੂਰ ਦੀ ਆ ਇਹਦਾ ਇੱਥੇ ਮੈਡੀਕਲ ਸਟੋਰ ਆ ਨੂਰ ਦੀ ਤੇ ਇਹਨੂੰ ਪਤਾ ਲੱਗਾ ਵੀ ਇੱਥੋਂ ਹਮ ਪਤਾ ਲੱਗਾ ਕੇ ਵੀ ਇਹ ਜਸਬੀਰ ਸਿੰਘ ਫੌਜੀ ਇੱਥੋਂ ਦਾ ਉਹਨੇ 12 ਬੋਲ ਦੀ ਰਾਈਫਲ ਨਾਲ ਇਹਦੇ ਕੋਈ ਫਾਇਰ ਮਾਰਤੇ ਉਹਦੀ ਗਾੜੀ ਅਸੀਂ ਜਾਂਚ ਪੜਤਾਲ ਕਰਦੇ ਉਹਦਾ ਗਾੜੀ ਪਰਚਾ ਜੋ ਕਾਰਵਾਈ ਬਣਦੀ ਕਰਨੀ ਉਮਰ ਸੁਖਚੈਨ ਸਿੰਘ ਉਮਰ ਪਿੰਡ ਨੂਰ ਦੀ ਆ ਉਮਰ ਇਹਦੀ 26 ਸਾਲ ਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕਰਦੇ ਹਾਂ ਜਾਨ ਲੈ ਕੇ ਪਰਚਾ ਦੇਵਾਂਗੇ ਤੁਹਾਡੇ ਖਿਲਾਫ਼ ਦੋਸ਼ੀ ਦਾ ਕੋਈ ਬੰਦਾ ਰਹਿ ਗਿਆ ਨਹੀਂ ਅਜੇ ਵਾਰਦਾਤ ਹੀ ਹੋਣੀ ਹੋਈ ਆ ਹੁਣੇ ਸਾਨੂੰ ਪਤਾ ਲੱਗਾ ਹੁਣ ਚਾਹੁੰਦੇ ਹਾਂ ਅਪਡੇਟ ਕਰਕੇ ਫੜਦੇ ਹਾਂ ਜਿਹੜਾ ਪੰਜਾਬ ਦਰਪਣ ਨਿਊਜ਼ ਲਈ ਜ਼ਿਲ੍ਹਾ ਤਰਨਤਾਰਨ ਤੋਂ ਰਿਸ਼ਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ।